ਪਹਿਲਾਂ ਤਾਂ ਬੇਨਤੀ ਹੈ ਜੀ ਸਾਰਿਆਂ ਨੂੰ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ, ਠੀਕ ਹੈ। ਇਹ ਮੁੰਡੇ ਦਾ ਫੁੱਫੜ ਸਾਡੇ ਕੋਲੇ ਕੰਮ ਤੇ, ਇੱਥੇ ਭਰਾ ਸਾਡਾ ਲੱਗਿਆ ਹੋਇਆ ਸੀਰਾ, ਤੇ ਇਹਦੀ ਯਾਰ ਮੰਮੀ ਦੀ ਡੈਥ ਹੋ ਗਈ ਸੀ ਕਿਸੇ ਕਾਰਨ ਕਰਕੇ, ਉਹ ਇੱਥੇ ਹੀ ਰਹਿੰਦਾ ਇਹ ਮੁੰਡਾ, ਤੇ ਆਇਆ ਸੀ ਕਾਪੀਆਂ ਵਾਸਤੇ, ਉਹ ਤੋਂ ਪੈਸੇ ਲੈਣ, ਠੀਕ ਹੈ ਨਾ, ਵੀ ਮੈਨੂੰ ਪੈਸੇ ਚਾਹੀਦੇ ਨੇ, ਤੇ ਸਾਨੂੰ ਕਹਿੰਦਾ ਵੀ ਮੈਨੂੰ ਸਟੰਟ ਕਰਨੇ ਆਉਂਦੇ ਨੇ, ਤੇ ਮੁੰਡੇ ਦੀ ਮਿਹਨਤ ਨੂੰ ਸਲੂਟ ਹੈ ਸਾਡਾ, ਤੇ ਯਾਰ ਸ਼ੇਅਰ ਜ਼ਰੂਰ ਕਰੀਓ ਸਾਰੇ ਲੈ, ਸਾਨੂੰ ਕਰਕੇ ਦਿਖਾਊਗਾ, ਲੈ ਕਰਕੇ ਦਿਖਾ ਕਿਹੜੇ ਕਿਹੜੇ ਸਟੰਟ ਨੇ, ਚੱਲ ਕੇ ਸੱਟ ਨਾ ਖਾ ਲਈ, ਹਾਂ ਜਿੱਥੋਂ ਮਰਜ਼ੀ ਲੱਗ ਜਾ। ਤਾਕੜਾ ਖੜਿਆਰੀ ਬਣੂਗਾ ਪੂਰਾ ਇਹ, ਲੈ ਅੱਗੇ ਸੱਟ ਨਾ ਖਾ ਲਈ, ਆ ਜਾ ਵਾਪਸ ਮੁੜਿਆ ਇੱਧਰ, ਆ ਜਾ ਪੁੱਤ ਇੱਧਰ ਆ ਜਾ ਵਾਪਸ ਆ ਜਾ, ਆ ਜਾ। ਚੰਗੀ ਕਲਾ ਕਿਰਤੀ ਆਪ ਲੈ ਕੇ ਆਇਆ, ਕਹਿੰਦਾ ਮੈਂ ਕਰੂੰਗਾ ਯਾਰ, ਵੀ ਬਾਵਾ ਦੂਰ ਤੱਕ ਇਹ ਜਾ ਸਕਦਾ, ਮੈਂ ਘੱਟੋ ਘੱਟ 200 ਮੀਟਰ ਤੱਕ ਇਹ ਕਹਿੰਦਾ ਮੈਂ ਜਾ। ਹਾਂਜੀ ਬਸ ਬਸ ਬਸ, ਸਟਾਪ ਸਟਾਪ ਸਟਾਪ, ਹੋਰ ਕਰ ਲੈ, ਹੋਰ ਕਿਹੜਾ ਸਟੰਟ ਹੈ ਇੱਧਰ ਇੱਕ, ਚੱਲ ਆ ਜਾ ਕਰ ਕਿਹੜੇ, ਸੱਟ ਨਾ ਖਾ ਲਈ ਬਸ ਬੱਚਤ ਨਾਲ, ਠੀਕ ਹੈ। ਕੀ ਕਰਨਾ ਇੱਥੇ, ਇੱਥੇ ਕੀ ਕਰਨਾ, ਚੱਲ ਕੰਧ ਨਾਲ ਚੱਲ ਲਾ ਕੇ ਮਿਲਾਂ। ਅੱਛਾ ਲੈ ਦੇਖੋ, ਠੀਕ ਹੈ, ਵਜਨ ਵੀ ਥੋੜਾ ਜਿਹਾ, ਤੇ ਬਾਕੀ ਚੇਲਾ ਵੀ ਦੇਖ ਲਓ ਵੀ ਬਾਈ ਸਿੱਧੂ ਦਾ, ਠੀਕ ਹੈ। ਕਿੰਨਾ ਟਾਈਮ ਖੜ ਸਕਦੇ ਪੁੱਤ ਐਵੇਂ, ਖੜ ਜੂ ਬਹੁਤ ਟਾਈਮ, ਹੈ ਐ ਤਾਂ ਖੜ ਜਾਗੇ ਬਹੁਤ ਟਾਈਮ ਜੀ, ਪ੍ਰੈਕਟਿਸ ਕਰਦਾ ਰਹਿਣਾ, ਹਾਂਜੀ ਇੱਥੇ ਬੋਲੀ ਵੀ ਨੌਜਵਾਨ ਪ੍ਰੈਕਟਿਸ ਕਰਕੇ ਰਿਲੈਕਸ ਹੋ, ਠੀਕ ਹੈ, ਤੇ ਬੱਚਿਆਂ ਨੂੰ ਜੀ ਇਸੇ ਕੰਮਾਂ ਤੇ ਲਾਓ, ਹਨਾ। ਹਾਂ ਤੇ ਕਹਿੰਦੇ ਨੇ ਨਸ਼ਿਆਂ 'ਚ ਲੱਗ ਗਏ, ਹੁਣ ਜਿਹੜੇ ਮੋਬਾਈਲਾਂ ਦੇਖਦੇ ਉਹ ਤਾਂ ਭਾਈ ਲੱਗਣਗੇ, ਹਨਾ, ਇਹਨਾਂ ਨੂੰ ਛੋਟੇ ਹੁੰਦੇ ਨੂੰ ਗੇਮਾਂ ਦਾ ਚਾਹ, ਗੇਮ ਕਰਦੇ ਨੇ ਯਾਰ, ਗੇਮਾਂ ਖੜਿਆ ਦਾ ਸਰੀਰ ਜਮਾ ਫਿੱਟ ਹੈ, ਜਮਾ ਤੇ ਅਸੀਂ ਤਾਂ ਇਹ ਜੇ ਬੰਦਿਆਂ ਦਾ ਸਾਥ ਦਿੰਨੇ ਆ, ਤੁਸੀਂ ਵੀ ਦਿਓ ਯਾਰ, ਜਵਾਕਾਂ ਨੂੰ ਆਪਦੇ ਨੂੰ ਗਰਾਊਂਡ ਦੇ ਵਿੱਚ ਭੇਜੋ ਤਾਂ ਕਿ ਆਉਣ ਵਾਲਾ ਸਮਾਂ ਆਪਣੇ ਵਾਸਤੇ ਵਧੀਆ ਹੋਵੇ, ਠੀਕ ਹੈ, ਤੇ ਵਧੀਆ ਫਿਊਚਰ ਬਣੇ ਬੱਚੇ ਦਾ। ਹੋ ਜਾ ਪੁੱਤ ਥੱਲੇ ਹੋ ਜਾ, ਚੱਲ ਤੇ ਤੁਸੀਂ ਇਹਦੀ ਮਦਦ ਸ਼ੇਅਰ ਕਰਕੇ ਕਰ ਸਕਦੇ ਹੋ, ਬਹੁਤ ਲਾਭਦਾਈ ਮਿਲੂਗੀ, ਅੱਗੇ ਹੋਰ ਮਿਹਨਤ ਕਰੂਗਾ, ਕੋਈ ਚੱਕਰ ਨਹੀਂ ਹੈਗਾ ਜੀ, ਸਾਡੇ ਕੋਲ ਹੀ ਇਹ, ਠੀਕ ਹੈ। ਇਹ ਛੋਟਾ ਜਿਹਾ ਸੀਗਾ ਜੀ ਜਦੋਂ ਸਾਡੇ ਪਿੰਡ 'ਚ ਆਇਆ, ਅਸੀਂ ਵੀ ਛੋਟੇ ਸੀਗੇ ਉਦੋਂ, ਬੜੇ ਵੱਡੇ ਨਹੀਂ, ਠੀਕ ਹੈ, ਤੇ ਇਹਦੀ ਮੰਮੀ ਡੈਥ ਹੋ ਗਈ ਸੀਗੀ, ਇਹਨੂੰ ਪਤਾ ਵੀ ਨਹੀਂ ਤੇ ਇਹਨੂੰ ਦੁੱਧ ਚੁੰਗਦਾ ਸੀਗਾ ਉਸ ਟਾਈਮ ਤੇ, ਠੀਕ ਹੈ। ਤੇ ਸਲਾਮ ਹੈ ਜੀ ਬਾਈ ਨੂੰ, ਜਿਹੜੇ ਮਾਸੜ ਜੀ ਇਹਨਾਂ ਦੇ ਲੈ ਕੇ ਆਏ, ਬਾਈ ਸੀਰਾ ਹੀ ਆਪਣੇ ਕੋਲੇ ਕੰਮ ਕਰਦਾ, ਠੀਕ ਹੈ, ਆਪਣੇ ਕੋਲੇ ਰੈਗੂਲਰ ਕੰਮ ਤੇ ਜੀ ਉਹ ਬੰਦਾ, ਠੀਕ ਹੈ, ਤੇ ਉਹਦਾ ਇਹ ਉਹ ਲੈ ਕੇ ਆਇਆ ਇਹਨੂੰ, ਮਾਸੜੇ ਫੁੱਫੜ ਫੁੱਫੜ ਹੈ ਜੀ, ਫੁੱਫੜ ਇਹਦਾ, ਫੁੱਫੜ ਹੈ, ਸੀਰੇ ਦੇ ਸਾਲੇ ਦਾ ਮੁੰਡਾ ਹੈ, ਆਪਣੇ ਕੋਲ ਵਿਚਾਰਾ ਕੰਮ ਕਰਦਾ, ਤੇ ਜਦੋਂ ਇਹਨੇ ਕਹਿਤਾ ਕਿ ਵੀ ਮੈਨੂੰ ਫੀਸ ਕਾਪੀ ਹੋ ਜੇ ਦੀ, ਬਹਾਨਾ ਨਹੀਂ, ਬਹਾਨਾ ਨਹੀਂ, ਉਹਦੀ ਪੈਸੇ ਨਾਲ ਦੀ ਨਾਲ ਇਹਨੂੰ ਮਿਲਦੇ ਨੇ, ਠੀਕ ਹੈ, ਅੱਜ ਵੀ ਇਹ ਆਇਆ ਸੀ, ਕਹਿੰਦਾ ਮੈਂ ਸਟੰਟ ਕਰਕੇ ਦਿਖਾਉਂਗਾ, ਹਾਲਾਂਕਿ ਵਿਚਾਰੇ ਦੇ ਆਪਦੇ 3 ਜਵਾਕ ਨੇ, ਦਿਹਾੜੀਦਾਰ ਬੰਦਾ ਇਹ, ਹਾਂ ਠੀਕ ਹੈ, ਪਰ ਫੇਰ ਵੀ ਇੱਕ ਵਾਰੀ ਉਹ ਬਹੁਤ ਵੱਡੀ ਗੱਲ ਹੈ ਜੀ, ਤੇ ਠੀਕ ਹੈ ਜੀ, ਓਕੇ, ਸ਼ੁਕਰੀਆ, ਤੇ ਵੀਡੀਓ ਸ਼ੇਅਰ ਕਰ ਦਿਓ, ਤੇ ਇੱਕ ਗੁਣ ਜ਼ਰੂਰ ਸਿੱਖਿਓ ਵੀ ਜਵਾਕਾਂ ਨੂੰ ਗਰਾਊਂਡ ਦੇ ਵਿੱਚ ਲਾ ਦਈਏ ਆਪਾਂ, ਠੀਕ ਹੈ, ਤੇ ਕਿਉਂਕਿ ਗਰਾਊਂਡ ਬਹੁਤ ਜ਼ਰੂਰੀ ਹੈ ਜੀ, ਜੇ ਜਵਾਕ ਦਾ ਸਰੀਰ ਐਕਟਿਵ ਰਹੂਗਾ ਤਾਂ ਉਹ ਨਸ਼ਿਆਂ ਵੱਲ ਕਦੇ ਵੀ ਨਹੀਂ ਜਾਊਗਾ, ਠੀਕ ਹੈ, ਤੇ ਠੀਕ ਹੈ ਜੀ, ਓਕੇ, ਸਟਾਪ, ਠੀਕ ਹੈ ਜੀ, ਸ਼ੁਕਰੀਆ।